ਰਹਿਮਾਨ ਰਹੀਮ ਅਸਲਾਮੋ ਅਲੈਕਮ ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਅਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਜ਼। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵੀਦਾ। ਇਨਸ਼ਾਅੱਲਾ ਉਮੀਦ ਕਰਨਾ ਕਿ ਵੀਡੀਓ ਤੁਹਾਡੇ ਪਸੰਦ ਆਵੇਗੀ। ਤੁਸੀਂ ਲਾਈਕ ਵੀ ਕਰੋ ਦੇ, ਸ਼ੇਅਰ ਵੀ ਕਰੋ ਦੇ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਆਰਾਮ ਵਾਲੀ ਵੀਡੀਓ ਜਿਹੜੀ ਹੈ ਇਹ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਵੀਡੀਓ ਇਸ ਤਰ੍ਹਾਂ ਜਿਹੜੀ ਬਣਾਉਣ ਲੱਗਾ ਇਹ ਤੁਹਾਡੇ ਦੀ ਕੋਈ ਗੱਲ ਛੁੱਪੀ ਲੁਕੀ ਨਹੀਂ, ਬਾਖੂਬੀ ਵਾਕਫ ਹੋ ਔਰ ਦੋਵੇਂ ਚਿਹਰੇ ਤੁਹਾਡੇ ਸਾਹਮਣੇ ਖੜ੍ਹੇ ਨੇ। ਜੂੰ ਹੀ ਸਾਹਮਣੇ ਆਵਣ ਦੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਵਾਰ ਜਿਹੜਾ ਨਾ ਇਹਨਾਂ ਦਾ ਬੁੱਧਵਾਰ ਵੀਡੀਓ ਜਿਹੜੀ ਹੈ ਇਹਨਾਂ ਦੀ ਅਪਲੋਡ ਕਰੀ ਦੀ ਹੈ ਲਾਜ਼ਮੀ ਇਨਸ਼ਾਅੱਲਾ। ਅਤੇ ਮੰਗਲ ਅੱਜ ਤਾਰੀਖ, ਅੱਜ 4 ਹੈ, ਕੱਲ੍ਹ ਵੈਸੇ ਹੀ 5 ਤਾਰੀਖ ਹੈ। ਅਤੇ ਯਕਜੈਤੀ ਹੈ ਕਸ਼ਮੀਰ ਹੋ ਜਿਹੜਾ ਤੁਹਾਨੂੰ ਭਰਾਵਾਂ ਨੂੰ ਪਤਾ ਹੈ, ਬਾਖੂਬੀ ਵਾਕਫ ਹੋ ਉਹਦੇ ਵਾਸਤੇ ਆਖਰੀ ਕਲਮਾਤ ਜਿਹੜੇ ਨੇ ਇਨਸ਼ਾਅੱਲਾ ਜ਼ਰੂਰ ਭਰਾਵਾਂ ਦੇ ਸਾਹਮਣੇ ਗੋਸ਼ ਗਜ਼ਾਰ ਕਰਾਂਗਾ। ਉਹਨਾਂ ਵਾਸਤੇ ਸਿਰਫ ਅਤੇ ਆਪਣੀ ਛੁੱਟੀ ਨਹੀਂ ਮਨਾਉਣੀ, ਢਿੱਡੂ ਹੋ ਕੇ ਦੁਆ ਵੀ ਕਰਨੀ। ਬਹਰਹਾਲ ਜੀ ਮੈਂ ਖੜੀ ਸ਼ਰੀਫ ਖੜ੍ਹੇ ਹਾਂ, ਭਾਈ ਜਮੀਲ, ਚਾਚਾ ਰਫੀਕ ਦੋਵੇਂ ਪਿਓ ਪੁੱਤਰ ਮੇਰੇ ਖੱਬੇ ਸੱਜੇ ਖੜ੍ਹੇ ਨੇ। ਇਹਨਾਂ ਦੀ ਵੀਡੀਓ ਹੈ, ਅਲਹਮਦੁਲਿਲਾ ਮਾਲ ਜਿਹੜਾ ਇਹਨਾਂ ਦਾ ਉਹ ਪੁੱਛ ਲੈਂਦਾ ਮੈਂ ਜਮੀਲ ਕੋਲੋਂ, ਕਿੰਨਾ ਮਾਲ ਆਉਂਦਾ ਜੀ, ਕਿੰਨਾ ਸੇਲ ਹੋ ਗਿਆ ਅਤੇ ਕਿੰਨੇ ਜਾਨਵਰ ਜਿਹੜੇ ਨੇ ਉਹ ਬੱਚੇ ਨੇ, ਸਾਰੀ ਗੱਲਬਾਤ ਸਾਹਮਣੇ ਲੈਣੇ ਆ। ਅਲਹਮਦੁਲਿਲਾ ਜਨਾਬ, ਅਸਲਾਮ ਅਲੈਕਮ ਜੀ, ਕੀ ਹਾਲ ਹੈ ਜਨਾਬ? ਗੁੱਜਰ ਸਾਹਿਬ ਠੀਕ ਹੋ? ਹਾਂ ਜੀ ਵੱਡੇ ਗੁੱਜਰ ਸਾਹਿਬ ਕੀ ਹਾਲ ਹੈ ਤੁਹਾਡਾ? ਛੇ ਸੈੱਟ ਅਤੇ ਕਿੰਨੇ ਜਾਨਵਰ ਆਉਂਦੇ ਹਜੇ? ਛੇ ਤਿੰਨ ਵਿਘੇ ਨੇ। ਜਿਹੜੇ ਬੰਦੇ ਲੈ ਕੇ ਗਏ ਨੇ ਉਹਨਾਂ ਦੇ ਨਾਂ ਦਾ ਕੋਈ ਪਤਾ ਹੈ ਕਿ ਜਮੀਲ ਨੂੰ ਪਤਾ ਹੈ? ਚਾਂਦ ਖੜੀਆਂ 2 ਮੱਝਾਂ, ਚਾਂਦ ਆਲਮ ਕੀਮ ਇੰਗਲੈਂਡ, ਪਿੰਡ ਰਕਡੰਡ ਮੇਰਾ ਗੁਆਂਢੀ, ਇੱਕ ਮਾਈ ਗੁੰਮੇ ਦੇ ਕਸ ਗਏ, ਗੁੰਮੇ ਦੇ ਕਸ ਸੁਲੇਮਾਨ ਨਾਲ, ਸੁਲੇਮਾਨ। ਤੇ ਇਹ ਸੁਬਾ ਲੈ ਕੇ ਗਏ ਨੇ ਜਾਂ ਕੱਲ ਲੈ ਗਏ? ਕੱਲ ਲੈ ਗਏ, ਜੂ ਲਾਈਆਂ ਨੇ, ਤੂੰ ਲੈ ਗਏ? ਕੱਲ ਲੈ ਗਏ ਨੇ, 5 ਵਜੇ ਮੱਝਾਂ ਲਾਈਆਂ ਜੀ, 7 ਵਜੇ ਥਾ ਗਏ, ਉਹਨਾਂ ਕਹਾ ਹੁਣੀ ਖੜੀ। ਤੇ ਜਿਹੜਾ ਹੈ ਜਿਹਨੇ ਮਾਂ ਇਹਨੇ ਹੁਣ ਬੱਚਾ ਕੱਟੀ ਸੁ ਕੱਟਾ ਕੱਟਾ ਹੁਣ ਮਾ ਜਿਹੜੀ ਸੂਈ ਮੇਰੇ ਆਵਣ ਦੀ ਪਹਿਲਾਂ ਕਿ ਐਤਜੀ ਚਾਚਾ ਕਿਰਿਓ ਦਾਣਾ ਕਿਰਿਓ ਆ ਨੀਲੀ ਤੋਂ ਲੈਂਦੀ, ਹਾਂ ਜੀ ਡੂੰਗੀ ਆਈ ਕਿਰਿਓ ਚੁੱਭੀ ਮਾਰ ਕੇ ਆਈ ਆ। ਇਮਾਨਦਾਰੀ ਗੱਲ ਥਾ ਨੀਲੀ ਲੈਂਦੀ ਫਿਰ ਕੇ ਲੈਂਦੀ, ਮੈਂ ਕਿਹਾ ਮਾਜੋ ਲਿਆ ਵੀ ਜਿਹੜੀ ਪਤਾ ਲੱਗਾ ਕਿ ਮਾਜ ਲੈਂਦੀ, ਜੋੜੇ ਮਜਾ ਨੂੰ ਤੁਆਇਆ। ਅੱਛਾ ਇਹ ਦੋਵੇਂ ਦੂਜਣਾ ਨੇ ਪਹਿਲਣਾ ਨੇ? ਹਾਂ ਇਹ ਤ੍ਰੀਜਣ ਹੈ, ਵੱਡੀ ਮਾਈ ਤਾਂ ਉਹ ਦੂਜੇ ਨੇ, ਝੂਠੀ ਦੂਜਣ ਠੀਕ ਹੋ ਗਿਆ। ਭਾਈ ਜਮੀਲ ਤੁਸੀਂ ਸੁਣਾਓ, ਹਾਂ ਕਿਹੜਾ ਬੰਦਾ ਕੋਈ ਜਿਹੜਾ ਬਜ਼ੁਰਗਾਂ ਨੂੰ ਤਾਂ ਸਹੀ ਨਹੀਂ ਪਤਾ ਕਿਉਂਕਿ ਨੈਟ ਤੇ ਤੁਹਾਡੇ ਨਾਲ ਰਾਬਤਾ ਨਾ ਬਿਲਕੁਲ ਹੈ। ਦੂਸਰੀ ਵੀਡੀਓ ਵਿੱਚ ਆਪਣਾ ਤੀਸਰੀ ਵਿੱਚ ਮੇਰੇ ਖਿਆਲ ਵਿੱਚ ਲੈ ਕੇ ਗਏ ਨੇ। ਲੋ ਜੀ ਜਿਹੜਾ ਬੰਦਾ ਵੀ ਆਹਰ ਮਾਲ ਬਜ਼ੁਰਗੋ ਮੇਰੇ ਚੈਨਲ ਦੇ ਥਰੂ ਲੈ ਕੇ ਜਾਂਦਾ ਪਿਆ ਤੇ ਫਿਰ ਸਲਾਮ ਤੇ ਉਹਨਾਂ ਦੇਣਾ ਹੀ ਹੈ, ਠੀਕ ਹੈ। ਤੇ ਮੈਂ ਜਨਾਬ ਉਹਨਾਂ ਦਾ ਭਰਾਵਾਂ ਦਾ ਤਹਿ ਦਿਲ ਦੀ ਸ਼ੁਕਰ ਗੁਜ਼ਾਰ ਹਾਂ ਜਿਹੜੇ ਭਰਾ ਇੱਜ਼ਤ ਵੀ ਕਰਦੇ ਨੇ ਔਰ ਇੱਜ਼ਤ ਬਖਸ਼ਦੇ ਨੇ, ਉਹ ਮੁਹੱਬਤ ਵੀ ਕਰਦੇ ਨੇ, ਚਾਹਤ ਕਰਦੇ ਨੇ, ਜਿਹੜਾ ਆਪਣਾ ਕੀਮਤੀ ਟਾਈਮ ਕੱਢ ਕੇ ਨਾ ਅਤੇ ਉਹ ਜਿਹੜਾ ਵੀਡੀਓ ਵੇਖਦੇ ਨੇ, ਮੈਂ ਇਹਨਾਂ ਸਾਰਿਆਂ ਭਰਾਵਾਂ ਦਾ ਸ਼ੁਕਰ ਗੁਜ਼ਾਰ ਹਾਂ। ਅਤੇ ਇਨਸ਼ਾਅੱਲਾ ਆਖਰ ਤੇ ਜਿਹੜੇ ਪਹਿਚਾਨ ਕੇ ਸਲੂਟ ਕਰਨੇ ਆ ਵੀ ਐਡਾ ਇਤਮਾਦ ਕਰਕੇ ਤੇ ਬੈਰੂਨੇ ਮੁਲਕ ਬਹਿ ਕੇ 6 ਮਹੀਨੇ ਖਰੀਦਣਾ ਅਸਾਂ ਕੋਲ ਇਤਮਾਦ ਕੀਤਾ ਤਾਂ ਅਸਾਂ ਦਾ ਬਹੁਤ ਸ਼ੁਕਰੀਆ। ਦੇਖੋ ਜੀ ਭਾਈ ਜਮੀਲ, ਗੱਲ ਐਂਡ ਤੇ ਲੰਮੀ ਕਰਾਂਗੇ, ਜ਼ਰੂਰ ਕਰਾਂਗੇ ਇਨਸ਼ਾਅੱਲਾ। ਪਹਿਲਾਂ ਮੱਝਾਂ ਵਹਾ ਲਈਏ ਅਤੇ ਮੱਝ ਨੰਬਰ 1 ਜਿਹੜੀ ਹੈ ਨਾ ਮੱਝ ਪਾਓ ਵੱਡੀ, ਅਤੇ ਦੂਜਾ ਜਿਹੜਾ ਨਾ ਆਪਣਾ ਤ੍ਰਿਆ ਹੀ ਮੱਝਾਂ ਤੇ ਇੱਕ ਗਾਂ, ਇਹੀ ਅੱਛਾ ਚਾਚਾ ਗੱਲ ਤੁਸੀਂ ਕਰੀ ਆਵਣੀ ਹੈ ਅਤੇ ਮੱਝ ਜਿਹੜੇ ਨੇ ਦੋਵੇਂ ਭਰਾ ਵਹਾ ਹੀ ਆਉਂਦੇ ਨੇ। ਮੱਝ ਨੰਬਰ 1 ਜੀ, ਹਾਂਜੀ ਕਿਹੜੇ ਵੇਲੇ ਸੂਈ ਜੇ ਮੇਰੇ ਆਉਣ ਦੀ ਪਹਿਲਾਂ ਹੀ ਸੂਈ ਜੇ, ਅੱਧਾ ਘੰਟਾ ਠੀਕ ਹੈ। ਇਹਦਾ ਬੱਚਾ ਕਿਸ ਕੱਟੀ ਕੱਟਾ ਕੱਟਾ ਮਾਏ ਵਹਾਓ ਜੀ ਪੂਰੀ। ਅੱਛਾ ਪੱਕੀ ਤਰੀਜਣ ਠੀਕ ਹੋ ਗਿਆ। ਤੇ ਚਾਚਾ ਮਾਝ ਦੀ ਕੀ ਆਪਣਾ ਤਸੱਲੀ ਹੈ ਕੋਈ ਦੁੱਧ ਸ਼ੁੱਧ ਦੀ? ਅੱਲਾ ਜਾਣੇ ਜੀ, ਉਹ ਸਾਈਆਂ ਮਾਲਕਾਂ ਕਹੇ ਜੀ ਅੱਖਾਂ ਸੱਚਾ ਮਾਝ 20 ਕਿਲੋ ਦੇ ਦੇ। ਅੱਛਾ 20 ਕਿਲੋ ਗਰੰਟੀ ਆ ਬਜੀ, ਸਹੀ ਹੈ। ਤੇ ਇਹਦੀ ਮਾਝ ਖੋਲਣੀ ਪੈਣੀ ਹੈ ਜੀ, ਨਹੀਂ ਵਹਾਣੀ, ਮਾਝ ਤੋੜਨੀ ਹੈ ਤੇ ਭਾਵੇਂ ਇੱਕ ਭਰਾ ਜਿਹੜਾ ਦੇ ਲਿਆ ਉਹ ਤੁਸੀਂ ਰੋ ਜੋ। ਚਾਚਾ ਮਾਝ ਦੀ ਕੀਮਤ ਦੱਸਣੀ ਹੈ, ਮਾਝ ਜੀ ਕੁਝ ਵਹਾ ਲੋ ਖੋਲ ਕੇ, ਫੇਰ ਕੱਟਾ ਜਿਹੜਾ ਨਾ ਨਾਲ ਹੀ ਮੁੜਿਆ ਕਲੀਅਰ ਕਰਦੇ, ਕੱਟਾ ਨਾ ਖੋਲਣਾ ਪਵੇ।